कपूरथला के विधानसभा हल्का पुलत के कस्बा बेगोवाल में संत बाबा प्रेम सिंह मुरारी वाले को 66वीं बरसी के मौके पर उनके डेरे बेगोवाल में डेरे की मुख्य सेवादार और हल्के की अकाली विधायक बीबी जगीर कौर की अध्यक्षता में आयोजित 3 दिवसीय धार्मिक मेले में तीसरे दिन पंजाब सरकार के मुख्यमंत्री प्रकाश सिंह बादल और उप मुख्यमंत्री सुखबीर सिंह बादल ने मुख्य रूप से शिरकत की। इस दौरान मुख्यमंत्री प्रकाश सिंह बादल ने मीडिया से बातचीत करते हुए कांग्रेस के उन आरोपों का खंडन किया जिसमें कांग्रेस ने प्रदेश में वोटों को गलत ढंग से काटने का आरोप लगाया था। इस पर बादल ने यह भी साफ किया कि सरकार का इस मामले में कोई लेना देना नहीं है और यह सिर्फ सरकार को बदनाम करने की साजिश है। बादल ने पंजाब के कैबिनेट मंत्री अजीत सिंह कोहाट और पूर्व मंत्री सरवन सिंह फिलौर के बेटे दमनवीर के बीच ईडी के मामले को लेकर चल रहे वाक युद्ध को दुर्भाग्यपूर्ण बताया। बेगोवाल से नरेश खोसला के साथ साजन कुमार। ਇਹਨਾਂ ਨੇ ਤਾਂ ਖਬਰ ਬਣਾਉਣੀ ਹੈ ਜਿਹੜੀ ਤੁਹਾਡੇ ਅਖਬਾਰਾਂ 'ਚ ਭਾਵੇਂ ਸਹੀ ਹੋਵੇ ਭਾਵੇਂ ਸਹੀ ਤਾਂ ਕਿਉਂ ਨਹੀਂ ਗਲਤ ਹਮੇਸ਼ਾ ਜਿਹੜਾ ਗੱਲ ਹੈਗਾ ਆਖਣ ਨਾਲ ਉਹ ਉਲਟ ਸਮਝਿਆ ਕਰੋ ਕੋਈ ਪੱਖਪਾਤ ਨਹੀਂ ਬੜੀ ਗਲਤ ਹੈ ਜੀ ਬਹੁਤ ਹੀ ਮਾੜੀ ਗੱਲ ਹੈ ਕਿਸੇ ਪਾਰਟੀ ਆਪਣੀ ਪਾਰਟੀ ਦੇ ਲੀਡਰ ਮਾੜੀ ਸਰ ਕਿਸ ਪਾਸਿਓਂ ਹੈ ਜੀ ਕਿਸ ਪਾਸਿਓਂ ਮਾੜੀ ਇਹ ਕਿਸੇ ਦੇ ਖਿਲਾਫ਼ ਕੋਈ ਆਖਣਾ ਚਾਹੀਦਾ ਜੇ ਕਿਸੇ ਨੂੰ ਕੋਈ ਗਿਲਾ ਹੈ ਪਾਰਟੀ ਪ੍ਰੈਜ਼ੀਡੈਂਟ ਨੂੰ ਆਖਣ ਮੈਨੂੰ ਆਖਣ ਮਤਲਬ ਜਿਹੜੇ ਕਿਸੇ ਮੈਂ ਨਹੀਂ ਆਦਾ ਸਾਹਿਬ ਦੇ ਬੇਟੇ ਨੇ ਗਲਤ ਕੀਤਾ ਜੀ ਮੈਂ ਕਿਸੇ ਨੂੰ ਗਲਤ ਨਹੀਂ ਆਦਾ ਗਲਤ ਆਦਾ ਕਿਸੇ ਨੇ ਵੀ ਕੋਈ ਗੱਲ ਹੋਵੇ ਵਿਦਨ ਪਾਰਟੀ ਡਿਸਿਪਲਿਨ ਤਾਂ ਪਾਰਟੀ ਦੇ ਰੱਖਣੇ ਪੈਣੇ ਐਵੇਂ ਕਿਸੇ ਦੇ ਕੋਈ ਆਪ ਹੀ ਨਹੀਂ ਲਾਉਂਦੇ ਚਲੋ ਅਪੋਜੀਸ਼ਨ ਵਾਲੇ ਦਾ ਕੋਈ ਕਰਨ ਨਹੀਂ ਕਰਦੀ ਹੈ ਆਪਾਂ ਨੂੰ ਰੋਕ ਨਹੀਂ ਸਕਦੇ ਲੇਕਿਨ ਮੈਂ ਸੁਖਬੀਰ ਨੂੰ ਵੀ ਆਖਿਆ ਕਿ ਡਿਸਿਪਲਿਨ ਰੱਖੋ ਪਾਰਟੀ ਪਲੈਨਿੰਗ ਨਾ ਕਰ ਸਰ ਸਾਹਿਬ ਨੇ ਅਨਾਊਂਸ ਕੀਤਾ ਕਿ 18 ਤਰੀਕ ਨੂੰ ਲੰਬੀ ਦੇ ਵਿੱਚ ਧਰਨਾ ਦੇਣਗੇ ਕਿਤੇ ਜਿਹੜੀਆਂ ਨੌਕਰੀਆਂ ਪੰਜਾਬ ਸਰਕਾਰ ਭਰਤੀ ਕਰ ਰਹੀ ਹੈ ਧਾਂਦਲੀਆਂ ਹੋ ਰਹੀਆਂ ਉਹਨਾਂ ਦੇ ਕਾਕਾ ਉਹਦੇ 'ਚ ਮੈਂ ਆਪ ਇਨਕੁਆਇਰੀ ਲਿਖੀ ਹੈ ਜਦੋਂ ਇਨਕੁਆਇਰੀ ਹੋ ਜੂਗੀ ਉਹਨਾਂ ਨੂੰ ਤਾਂ ਕੋਈ ਪਤਾ ਨਹੀਂ ਨਾ ਉਹਨਾਂ ਨੇ ਕਦੇ ਕੀਤਾ ਇਹਦੀ ਜਿਹੜੀ ਇਨਕੁਆਇਰੀ ਹੈ ਉਹ ਮੈਂ ਆਪ ਕਰੀ ਹੈ ਸਾਰੀ ਆਪ ਦੇ ਜਿੰਮੇ ਆਪ ਮਤਲਬ ਆਪਣੇ ਆਰਡਰਾਂ ਨਾਲ ਕਰਾਈ ਹੈ